ਨੋ ਪਾਰਕਿੰਗ ਵਿੱਚ ਕਾਰ ਖੜ੍ਹੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ। ਇੰਸਪੈਕਟਰ ਕਰਨੈਲ ਸਿੰਘ। ਪਟਿਆਲਾ ਟ੍ਰੈਫਿਕ ਪੁਲਿਸ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੜਕਾਂ 'ਤੇ ਨਜਾਇਜ਼ ਪਾਰਕਿੰਗ ਕੀਤੀਆਂ ਗੱਡੀਆਂ 'ਤੇ ਕਾਰਵਾਈ ਕਰ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ। ਇਸ ਮੌਕੇ 'ਤੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਕਰਨੈਲ ਸਿੰਘ ਨੇ ਕਿਹਾ, ਪਟਿਆਲਾ ਸਿਟੀ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼, ਜਿਹੜੇ ਸਾਡੇ ਜਵਾਨ ਹੈ ਪੂਰੀ ਤਨਦੇਹੀ ਦੇ ਨਾਲ ਡਿਊਟੀ ਕਰਦੇ ਆ। ਔਰ ਮੈਂ ਪਟਿਆਲਾ ਵਾਸੀਆਂ ਨੂੰ ਅਪੀਲ ਵੀ ਕਰਦਾ ਕਿ ਅਸੀਂ ਜਦੋਂ ਵੀ ਮਾਰਕੀਟ ਦੇ ਵਿੱਚ ਆਉਂਦੇ ਹਾਂ, ਕਿਸੇ ਵੀ ਮਾਰਕੀਟ ਦੇ ਵਿੱਚ ਜਾਂਦੇ ਹਾਂ, ਉੱਥੇ ਚਾਹੇ ਟੂ ਵੀਲਰ ਹੈ ਚਾਹੇ ਫੋਰ ਵੀਲਰ ਹੈ, ਸੋ ਅਸੀਂ ਉਹਨਾਂ ਨੂੰ ਕਾਰਾਂ ਜਾਂ ਸਕੂਟਰ ਮੋਟਰਸਾਈਕਲਾਂ ਨੂੰ ਕਿਤੇ ਪਾਰਕਿੰਗ ਦੇ ਵਿੱਚ ਹੀ ਲਗਾਈਏ, ਕਿਉਂਕਿ ਅਸੀਂ ਅਵੇਅਰ ਵਾਰ ਵਾਰ ਬਹੁਤ ਕਰ ਚੁੱਕੇ ਹਾਂ ਕਿ ਜਿਹੜੀ ਕੋਈ ਵੀ ਸਪੀਕਰਾਂ ਰਾਹੀਂ। ਔਰ ਤੁਸੀਂ ਦੇਖਿਆ ਹੋਣਾ ਕਿ ਅਸੀਂ ਜਿਸ ਤਰ੍ਹਾਂ ਕਿ ਵੱਖਰੇ ਵੱਖਰੇ ਬੋਰਡ ਲਗਾ ਕੇ ਵੱਖ ਵੱਖ ਜਗ੍ਹਾ 'ਤੇ ਕਿ ਕੋਈ ਵੀ ਵਿਅਕਤੀ ਹੈ ਉਹ ਰੋਂਗ ਪਾਰਕਿੰਗ ਆਪਣੀ ਗੱਡੀ ਨਾ ਖੜ੍ਹੀ ਕਰੇ। ਹੁਣ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਦੀ ਐਪ ਹੈ, ਜੇਕਰ ਕੋਈ ਵਿਅਕਤੀ ਰੋਡ ਦੇ ਉੱਤੇ ਗੱਡੀ ਖੜ੍ਹੀ ਕਰਕੇ ਆਪਣੇ ਸ਼ੋਪਿੰਗ ਨਹੀਂ ਜਾ ਕੇ ਅਤੇ ਮਾਰਕੀਟ ਚਲਾ ਜਾਂਦਾ, ਤਾਂ ਅਸੀਂ ਉਹ ਟ੍ਰੈਫਿਕ ਦੇ ਐਪ ਰਾਹੀਂ ਉਹਦਾ ਚਲਾਨ ਕਰਕੇ ਉਹਦਾ ਘਰ ਪਹੁੰਚੇਗਾ। ਸੋ ਮੈਂ ਅਪੀਲ ਕਰਦਾ ਕਿ ਆਪਣੀ ਕੋਈ ਵੀ ਜੇ ਇਸ ਤਰ੍ਹਾਂ ਦੀ ਗੱਡੀ ਆ ਉਹਨੂੰ ਆਪਾਂ ਸਾਈਡ 'ਤੇ ਪਾਰਕਿੰਗ ਦੇ ਵਿੱਚ ਲਗਾ ਕੇ ਹੀ ਮਾਰਕੀਟ ਸ਼ੋਪਿੰਗ ਲਈ ਜਾਈਏ, ਤਾਂ ਕਿ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਕਿਸੇ ਨੂੰ ਵੀ ਕੋਈ ਵਿਘਨ ਨਾ ਪਵੇ। ਔਰ ਲੋਕ ਜਿਹੜੇ ਆ ਬਹੁਤ ਸਾਰੇ ਅਸੀਂ ਦੇਖਿਆ, ਕਈ ਵਾਰ ਕਿਸੇ ਨੇ ਹੋਸਪਿਟਲ ਜਾਣਾ ਹੁੰਦਾ, ਮੈਡੀਸਨ ਲੈਣ ਆਇਆ, ਉਹਦੇ ਪਿੱਛੇ ਕੋਈ ਵਿਅਕਤੀ ਗੱਡੀ ਖੜ੍ਹੀ ਕਰਕੇ ਉਹ ਆਪਣੀ ਸ਼ੋਪਿੰਗ 'ਤੇ ਚਲਾ ਜਾਂਦਾ। ਸੋ ਸਾਡੀ ਰਿਕਵਰੀ ਵੈਨ ਦੇ ਨਾਲ ਇਹੋ ਜਿਹੀ ਗੱਡੀ ਨੂੰ ਹਟਾਇਆ ਜਾਂਦਾ। ਸੋ ਕਿਸੇ ਵਿਅਕਤੀ ਨੂੰ ਕੋਈ ਵੀ ਕੰਮ ਕਾਰ ਜ਼ਰੂਰੀ ਹੋ ਸਕਦਾ, ਸੋ ਹਮੇਸ਼ਾ ਆਪਣੀ ਜਿਹੜੀ ਗੱਡੀਆਂ ਉਹ ਪਾਰਕਿੰਗ 'ਚ ਲਾਈਏ। ਸੋ ਟ੍ਰੈਫਿਕ ਪੁਲਿਸ ਦਾ ਅਸੀਂ ਸਾਥ ਦਈਏ ਤਾਂ ਕਿ ਇਹ ਆਪਣਾ ਪਟਿਆਲਾ ਸਿਟੀ ਹੈ, ਇਸ ਨੂੰ ਆਪਾਂ ਸੁਚਾਰੂ ਢੰਗ ਨਾਲ ਜੋ ਟ੍ਰੈਫਿਕ ਚੱਲਦੀ ਰਹੇ ਪੂਰੇ ਜ਼ਿਲ੍ਹੇ ਦੇ ਵਿੱਚ। ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਅਸੀਂ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਲਈ ਸਾਥ ਦਈਏ ਔਰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੀਏ, ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਹੈਲਮਟ ਨਹੀਂ ਪਹਿਨਦੇ ਔਰ ਸੀਟ ਬੈਲਟ ਨਹੀਂ ਲਗਾਈ ਹੁੰਦੀ, ਜਦੋਂ ਹਾਦਸਾ ਹੁੰਦਾ ਇਹਨਾਂ ਲੋਕਾਂ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ। ਸੋ ਦੇਖਣ 'ਚ ਜਿਸ ਤਰ੍ਹਾਂ ਹੁਣ ਆਉਂਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਆ, ਕੁਝ ਵਿਅਕਤੀ ਜੋ ਨਹੀਂ ਕਰ ਰਹੇ, ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਲਈ ਨਾ ਕਿ ਪੁਲਿਸ ਦੇ ਡਰ ਤੋਂ, ਆਪਣੀ ਸੇਫਟੀ ਲਈ ਹੀ ਜਿਹੜੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ। ਸੋ ਖੁਦ ਵੀ ਸੇਫ ਰਹਿਣ ਅਤੇ ਦੂਸਰਿਆਂ ਨੂੰ ਵੀ ਬਚਾਇਆ ਜਾ ਸਕਦਾ।